जिहड़ी इह गल आ साढ़े जिहड़ियां जथेबंदियां आ उन्हां दा वी उन्हां नूं रिक्वेस्ट आ वी इदां दे मुद्दे ते अगे आओ क्योंकि कलू स्टेजा तो छुट के फिल्मों च फिर होर जिहड़ियां चीज़ां आ जिहड़े प्लेटफॉर्म आ उन्हां ते बोलन लग पैना जे असीं अपने महाराज नूं पूरा सत्कार नहीं देना। जदों उन्हां ने बाणी विच गल कीती है तो भगत ओह उस परमात्मा दे होए आ जिन्ने भी साढ़े रहिबर आ सारिआं दा सत्कार असीं करदे हाँ पर यह नहीं गा भी असी भी उन्होंने कही भी भगत आ। हाँ जी सारे नू प्यार भरी जय गुरदेव जय भीम जय भारत जय भगवान वाल्मीकि जी। वीडियो पाने का मकसद एक सोशल मीडिया से वीडियो बहुत घूमती सी काशीनाथ कोई सिंगर आ जो सतगुरु रविदास महाराज जी बारे जो स्टेज पर उन्होंने भगत भगत कह के संबोधन कर रहा आ सो उन्होंने बारे वीडियो सी एक तो वह मैं वीडियो देखी तो एक साथी ने रोकिया भी तुसी सतगुरु रविदास महाराज जी कहो लाइक तो मैं वो अपना एक सिंगर जिहड़ा मैं वीडियो देखण डिया सीगा ते काफ़ी मैंने होया भी आपां नूं विचार करने चाहिए है लाइव आके वो बंदे बारे चलो वो बंदे बारे तो होया मेन जिहड़ा उत्थे स्टेज पर चढ़िया सीगा जिहड़ा भरा अपना सो असी अपने वालों सन्मानित करना चाहते हाँ भरा नूं ते असी समाज नूं भी यही कहना चाहते हाँ जिहड़ा भी कोई चंगा काम करदा आ ਉਹਨੂੰ ਇੱਦਾਂ ਹੀ ਸਨਮਾਨਿਤ ਅਤੇ ਉਹਦਾ ਪੂਰਾ ਸਤਿਕਾਰ ਕਰਨਾ ਚਾਹੀਦਾ ਆ। ਸੋ ਉਸ ਭਰਾ ਦਾ ਨੰਬਰ ਜਿਹੜਾ ਆ ਸਾਡੇ ਬਾਬਾ ਅਮਰਜੀਤ ਜੀ ਆ ਉਹ ਕਹਿੰਦੇ ਮੈਂ ਤੁਹਾਨੂੰ ਭਾਅ ਜੀ ਦੇ ਦਿੰਦਾ ਹਾਂ ਅਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਕੋਸ਼ਿਸ਼ ਜ਼ਰੂਰ ਕਰਾਂਗੇ ਵੀ ਉਹਨਾਂ ਨੂੰ ਵਧੀਆ ਤਰੀਕੇ ਨਾਲ ਸਨਮਾਨਿਤ ਕੀਤਾ ਜਾਵੇ ਅਤੇ ਜਿਹੜਾ ਬਾਕੀ ਜਿਹੜਾ ਸਿੰਗਰ ਆ ਉਹਦੇ ਜੋ ਵੀ ਬਣਦੀ ਕਾਰਵਾਈ ਆ ਅਤੇ ਉਹ ਕੀਤੀ ਜਾਵੇ ਜੇ ਉਹਨੇ ਮਾਫ਼ੀ ਵੀ ਮੰਗਣੀ ਆ ਸਾਡੇ ਜਿਹੜੇ ਡੇਰਾ ਸੱਚਖੰਡ ਬੱਲਾ ਅਤੇ ਗੁਰੂ ਘਰ ਜਾ ਕੇ ਬੰਦੇ ਨੂੰ ਉੱਥੇ ਆਪਣੀ ਜਿਹੜੀ ਭੁੱਲ ਬਖਸ਼ਾਉਣੀ ਚਾਹੀਦੀ ਆ ਜੇ ਨਹੀਂ ਤਾਂ ਫਿਰ ਹਾਂਜੀ ਜੋ ਬਣਦੀ ਕਾਰਵਾਈ ਆ ਉਹ ਆਪਾਂ ਰਲ ਮਿਲ ਕੇ ਕਰਾਂਗੇ। ਅਤੇ ਉਹ ਬੰਦਾ ਜਦੋਂ ਵਾਰ ਵਾਰ ਮਹਾਰਾਜ ਨੂੰ ਭਗਤ ਕਹਿ ਰਿਹਾ ਫਿਰ ਇੱਕ ਹੋਰ ਉਹਨਾਂ ਨੇ ਕਿਹਾ ਸੀਗਾ ਵੀ ਬਾਣੀ ਬਾਣੀ ਦਾ ਜੋ ਰੈਫਰੈਂਸ ਦਿੱਤਾ ਆ ਬਾਣੀ ਉਹ ਕਹਿ ਰਹੀ ਵੀ ਆਪਣੇ ਨੌਵੇਂ ਪਾਤਸ਼ਾਹ ਨੇ ਲਿਖੀ ਆ ਅਤੇ ਤੁਸੀਂ ਸਤਿਕਾਰ ਨਹੀਂ ਕਰਦੇ ਪਰ ਉਹ ਜਿਹੜੇ ਸਾਥੀ ਨੇ ਗੱਲ ਕੀਤੀ ਹੈ ਜਿਹੜੇ ਸਾਥੀ ਨੇ ਉਹਨਾਂ ਨੂੰ ਰੋਕਿਆ ਉਹਨਾਂ ਨੇ ਗੱਲਬਾਤ ਕੀਤੀ ਵੀ ਇਹ ਜਿਹੜੀ ਚੀਜ਼ ਆ ਤੁਸੀਂ ਸਤਿਕਾਰ ਦਵੋ ਕਿਉਂਕਿ ਤੁਹਾਡੇ ਰਾਹੀਂ ਪੂਰੀ ਦੁਨੀਆ ਤੱਕ ਮੈਸੇਜ ਜਾਂਦਾ ਆ ਕਿਉਂਕਿ ਸਟੇਜਾਂ 'ਤੇ ਕੋਈ ਵੀ ਪ੍ਰੋਗਰਾਮ ਹੋਵੇ ਉਹ ਲੋਕ ਦੇਖਦੇ ਆ ਅਤੇ ਆਪਾਂ ਇਹ ਸਿੱਟਾ ਕੱਢੀਏ ਵੀ ਆਪਾਂ ਕਿੱਦਾਂ ਕਾਰਵਾਈ ਕਰਨੀ ਆ ਜੋ ਸਾਡੇ ਵੱਲੋਂ ਇੱਧਰੋਂ ਜਿਸ ਤਰ੍ਹਾਂ ਦਾ ਵੀ ਬਣਦਾ ਸਹਿਯੋਗ ਹੋਇਆ ਆਪਾਂ ਪੂਰਾ ਸਾਥ ਦੇਵਾਂਗੇ। ਸੋ ਜਦੋਂ ਬੰਦਾ ਸਟੇਜ 'ਤੇ ਗੱਲ ਕਰਦਾ ਆ ਅਤੇ ਬਾਣੀ ਦਾ ਜਦੋਂ ਰੈਫਰੈਂਸ ਦੇ ਕੇ ਅਤੇ ਉੱਥੇ ਹੋਰ ਵੀ ਜਿਹੜੇ ਸਟੇਜ 'ਤੇ ਸਾਥੀ ਆ ਉਹ ਉਸ ਵੀਰ ਨੂੰ ਮਨਾ ਕਰਦੇ ਆ ਜਿਹੜਾ ਵੀਰ ਆ ਕੇ ਸਮਝਾਉਂਦਾ ਆ। ਸੋ ਮੈਂ ਬੇਨਤੀ ਕਰੂੰਗਾ ਜਿਹੜੇ ਵੀ ਸਾਥੀ ਲਾਈਵ ਦੇਖ ਰਹੇ ਆ ਉਸ ਵੀਰ ਤੱਕ ਜੇ ਸਾਡੀ ਵੀਡੀਓ ਜਾਂ ਉਹਦਾ ਕੋਈ ਨੰਬਰ ਹੋਵੇ ਜਿਸ ਵੀਰ ਨੇ ਸਟੇਜ 'ਤੇ ਜਾ ਕੇ ਕਿਹਾ ਸੀ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਹੋ ਸੋ ਉਸ ਵੀਰ ਤੱਕ ਸਾਡਾ ਮੈਸੇਜ ਜ਼ਰੂਰ ਪਹੁੰਚਾਇਓ ਜਾਂ ਜੇ ਕੋਈ ਉਹਨਾਂ ਨਾਲ ਗੱਲਬਾਤ ਕਰਾ ਸਕਦਾ ਅਸੀਂ ਇੱਧਰੋਂ ਆਪਣੇ ਵੱਲੋਂ ਉਸ ਵੀਰ ਨੂੰ ਪੂਰਾ ਸਨਮਾਨ ਕਰਾਂਗੇ ਉਹਦਾ ਅਤੇ ਬਾਕੀ ਜੋ ਕਾਰਵਾਈ ਦੀ ਗੱਲ ਆ ਜਿਹੜਾ ਸਿੰਗਰ ਆ ਉੱਥੇ ਅਸੀਂ ਕਾਰਵਾਈ ਕਰਨ ਠੀਕ ਆ ਜੀ ਜੋ ਵੀ ਸਾਡੇ ਵੱਲੋਂ ਸਹਿਯੋਗ ਦੀ ਲੋੜ ਹੋਈ ਆਪਾਂ ਬਿਲਕੁਲ ਨਾਲ ਹਾਂ ਅਤੇ ਕਿਉਂਕਿ ਇੱਦਾਂ ਦੇ ਜਿਹੜੇ ਸਿੰਗਰ ਹੁੰਦੇ ਨਾ ਸਟੇਜਾਂ 'ਤੇ ਬਾਅਦ 'ਚ ਫਿਰ ਮਾਫ਼ੀਆਂ ਮੰਗਣ ਲੱਗ ਪੈਂਦੇ ਆ ਵੀ ਗਲਤੀ ਹੋ ਗਈ ਆ ਜੀ ਇਹਨਾਂ ਦਾ ਮਕਸਦ ਇੱਕ ਹੀ ਹੁੰਦਾ ਆ ਸਾਡੇ ਸਮਾਜ ਨੂੰ ਟਾਰਗੇਟ ਕਰਨਾ ਬਾਅਦ ਵਿੱਚ ਮਾਫ਼ੀ ਮੰਗ ਲੈਣੀ ਸਾਡੇ ਲੋਕ ਵੀ ਭੋਲੇ ਆ ਅਤੇ ਮਾਫ਼ ਕਰ ਦਿੰਦੇ ਆ ਅਤੇ ਇੱਕ ਵਾਰੀ ਕਾਰਵਾਈ ਹੋਵੇ ਤਾਂ ਥੋੜ੍ਹਾ ਜਿਹਾ ਉਹਨਾਂ ਨੂੰ ਵੀ ਪਤਾ ਲੱਗੇ ਵੀ ਮੇਰੇ ਕੋਲ ਹੈ ਉਸਦਾ ਨੰਬਰ ਠੀਕ ਆ ਤੁਸੀਂ ਮੇਰੇ ਨਾਲ ਸ਼ੇਅਰ ਕਰਿਓ ਅਤੇ ਮੈਂ ਉਸ ਵੀਰ ਦਾ ਵੀ ਕਹਿੰਦਾ ਹਾਂ ਜਿਸ ਵੀਰ ਨੇ ਸਟੇਜ 'ਤੇ ਜਾ ਕੇ ਕਿਹਾ ਸੀਗਾ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਹੋ ਬਾਕੀ ਪੂਰੀ ਗੱਲਬਾਤ ਜਿਹੜੀ ਆ ਉਹ ਇੰਨੀ ਵੀਡੀਓ 'ਚ ਕਲੀਅਰ ਨਹੀਂ ਹੋਈ ਸੀ ਉਸ ਵੀਰ ਨੇ ਕੀ ਕਿਹਾ ਪਰ ਉਸ ਵੀਰ ਨੂੰ ਅਸੀਂ ਆਪਣੇ ਵੱਲੋਂ ਠੀਕ ਆ ਜੀ ਉਸ ਵੀਰ ਦਾ ਨੰਬਰ ਫਿਰ ਸਾਨੂੰ ਜ਼ਰੂਰ ਦਿਓ ਅਸੀਂ ਆਪਣੇ ਵੱਲੋਂ ਉਹਦਾ ਪੂਰਾ ਸਤਿਕਾਰ ਉਹਦਾ ਸਨਮਾਨ ਕਰਾਂਗੇ ਅਤੇ ਜਿੰਨੇ ਵੀ ਸਾਥੀ ਦੇਖਦੇ ਆ ਜੇ ਕਿਸੇ ਨੇ ਕਾਰਵਾਈ ਜਿਹੜੇ ਇੰਡੀਆ ਵਿੱਚ ਆ ਖਾਸ ਕਰ ਕਿਉਂਕਿ ਆਪਾਂ ਹੁਣ ਪ੍ਰਦੇਸ਼ਾਂ 'ਚ ਬੈਠੇ ਹਾਂ ਹਾਂ ਉਹਦਾ ਬਿਲਕੁਲ ਫਾਈਨੈਂਸ਼ਲੀ ਸਪੋਰਟ ਆਪਣੀ ਹੈਗੀ ਆ ਜਿਸ ਤਰ੍ਹਾਂ ਵੀ ਆ ਆਪਾਂ ਸਪੋਰਟ ਕਰ ਸਕਦੇ ਹਾਂ ਫਿਜ਼ੀਕਲੀ ਬਹੁਤ ਦੂਰ ਆ ਪਰ ਆਪਾਂ ਆਪਣੇ ਸਮਾਜ ਲਈ ਹਮੇਸ਼ਾ ਖੜ੍ਹੇ ਹਾਂ। ਸੋ ਲਾਈਵ ਆਉਣ ਦਾ ਇਹੀ ਮਕਸਦ ਸੀਗਾ ਵੀ ਆਪਾਂ ਕੋਸ਼ਿਸ਼ ਕਰੀਏ ਵੀ ਉੱਥੇ ਬੰਦੇ 'ਤੇ ਜਿਹੜਾ ਵੀ ਸਿੰਗਰ ਆ ਉੱਥੇ ਬਣਦੀ ਕਾਰਵਾਈ ਅਤੇ ਜਿਹੜੇ ਵੀਰ ਨੇ ਸਟੇਜ 'ਤੇ ਚੜ੍ਹ ਕੇ ਇਹ ਗੱਲ ਕੀਤੀ ਆ ਉਸ ਬੰਦੇ ਨੂੰ ਅਹਿਸਾਸ ਦਵਾਇਆ ਉਹਦੀ ਗਲਤੀ ਦਾ ਉਹਨੂੰ ਅਸੀਂ ਆਪਣੇ ਵੱਲੋਂ ਸਨਮਾਨਿਤ ਕਰਾਂਗੇ। ਜਿੱਦਾਂ ਭਾਅ ਜੀ ਹੁਣੀ ਦੱਸਿਆ ਵੀ ਉਹਨਾਂ ਕੋਲ ਨੰਬਰ ਹੈਗਾ ਆ ਅਤੇ ਪਲੀਜ਼ ਜ਼ਰੂਰ ਸ਼ੇਅਰ ਕਰਿਓ ਚਾਹੇ ਇਨਬੋਕਸ 'ਚ ਜਾਂ ਵਟਸਐਪ 'ਤੇ ਕਰ ਦਿਓ ਚਾਹੇ ਇੱਥੇ ਤੁਸੀਂ ਕਰ ਸਕਦੇ ਹਾਂ। ਇੱਕ ਮੈਸੇਜ ਆ ਇਹ ਪੂਰੇ ਆਪਣੇ ਸਾਥੀਆਂ ਨੂੰ
ਵੀ ਜਿਹੜੇ ਇੰਡੀਆ 'ਤੇ ਆ, ਕਿਉਂਕਿ ਇੱਕ ਵੀਡੀਓ ਦੇਖੀ ਸੀ ਉਹ ਕਾਫੀ ਟਾਈਮ ਦੀ ਸੋਸ਼ਲ ਮੀਡੀਆ 'ਤੇ ਘੁੰਮਣ ਡਈ ਸੀਗੀ, ਅਤੇ ਉਹਨਾਂ ਨੂੰ ਇੱਕ ਰਿਪਲਾਈ ਵੀ ਕਹਿ ਲਓ, ਇੱਕ ਜਵਾਬ ਵੀ ਆ ਸਿੰਗਰ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸਾਥੀਓ। ਅਤੇ ਉਹ ਜਿਹੜਾ ਵੀਰ ਆ ਜਿਹੜਾ ਸਟੇਜ 'ਤੇ ਗਿਆ ਸੀਗਾ, ਸੋ ਅਸੀਂ ਆਪਣੇ ਵੱਲੋਂ ਉਹਨਾਂ ਨੂੰ ਸਨਮਾਨ ਕਰਨਾ ਚਾਹੁੰਦੇ।